मैं कल तक नहीं रहना, मैं कल तक नहीं। जो हर का प्यार सो सब ना का प्यारा, जो हर का प्यारा सो सब ना का प्यारा, जो हर का प्यारा सो सब ना का प्यारा, जो हर का प्यारा सो सब प्यार। केती चक चक आवे जान, और केती चक चक आवे जान। मेरा एको साथी जदों असी पंजाबी यूनिवर्सिटी पटियाला दी स्टेज ते गुरु तेग बहादुर हॉल दे विच रोपड़ वालों ਭੰਗੜੇ ਦੀ ਟੀਮ ਨਾਲ ਪਲੇਬੈਕ ਸਿੰਗਿੰਗ ਕਰਦਾ ਸੀ ਅਤੇ ਮੈਂ ਪੰਜਾਬੀ ਯੂਨੀਵਰਸਿਟੀ ਦੀ ਟੀਮ ਵੱਲੋਂ ਸਟੇਜ 'ਤੇ ਭੰਗੜੇ ਦੀ ਬੈਕਗਰਾਊਂਡ ਗਾਉਂਦਾ ਸੀ। ਮੇਰੀ ਵਾਰੀ ਪਹਿਲਾਂ ਸੀ, ਮੈਂ ਗਾ ਕੇ ਹਟਿਆ, ਸਾਡਾ ਭੰਗੜਾ ਮਤਲਬ ਖਤਮ ਹੋਇਆ। ਉਸ ਤੋਂ ਬਾਅਦ ਰੋਪੜ ਦਾ ਭੰਗੜਾ ਆਇਆ, ਜਦੋਂ ਕਿ ਉਸ ਵੇਲੇ ਜਿੱਤਿਆ ਸੀ ਰੋਪੜ ਦਾ ਭੰਗੜਾ, ਫਸਟ ਆਇਆ। ਜਦੋਂ ਉਹਦੇ ਪਿੱਠ ਭੂਮੀ 'ਤੇ ਜਿਹੜੀ ਆਵਾਜ਼ ਜਿਹੜੀ ਚੱਲ ਰਹੀ ਸੀ ਉਸ ਵਕਤ, ਉਹਨੇ ਮੈਨੂੰ ਚੌਂਕਾ ਦਿੱਤਾ ਕਿ ਇਹ ਬੰਦਾ ਕੌਣ ਹੈ ਜਿਹੜਾ ਪਿੱਛੇ ਗਾ ਰਿਹਾ। ਮੈਂ ਫਸਟ ਟਾਈਮ ਬਿੰਦਰਖੀ ਦੇ ਨਾਲ ਉਦੋਂ ਮੁਲਾਕਾਤ ਕਰ ਰਿਹਾ ਸੀ ਕਿ ਇੰਨੀ ਉੱਚੀ, ਇੰਨੀ ਰੇਂਜ, ਇੰਨੀ ਲਰਜ਼ਿਸ਼ ਵਾਲੀ ਆਵਾਜ਼ ਦੇ ਵਿੱਚ ਕੌਣ ਗਾ ਰਿਹਾ। ਉਹਨਾਂ ਦੇ ਭੰਗੜਾ ਚੱਲਦੇ ਚੱਲਦੇ ਮੈਂ ਪਿਛਲੇ ਪਾਸੇ ਜਾ ਕੇ ਮੈਂ ਉਹਦੇ ਕੱਲ ਹੀ ਵੇਖਦਾ ਰਿਹਾ, ਮੈਂ ਐਡੇ ਕੱਦ ਦਾ ਬੰਦਾ ਐਡੀ ਉੱਚੀ ਆਵਾਜ਼ 'ਚ ਗਾ ਰਿਹਾ। ਨਿੱਜੀ ਤੌਰ 'ਤੇ ਤਾਂ ਮੈਨੂੰ ਐਂ ਲੱਗਦਾ ਜਿਵੇਂ ਮਤਲਬ ਮੇਰਾ ਯਾਨੀ ਅੱਧਾ ਸਰੀਰ ਹੀ ਮਰ ਗਿਆ ਹੁੰਦਾ, ਮੇਰੇ ਅੰਗ ਖੜ ਗਏ। ਅਤੇ ਇਸ ਕਰਕੇ ਮੈਂ ਪਹਿਲਾਂ ਵੀ ਕਹਿੰਦਾ ਸੀਗਾ ਵੀ ਹਾਲ ਦੀ ਘੜੀ ਤਾਂ ਮੈਨੂੰ ਕੁਛ ਔੜ ਹੀ ਨਹੀਂ ਜਿਹਾ, ਯਾਨੀ ਸੁੰਨ ਜਿਹਾ ਹੋ ਗਿਆ ਮੈਂ ਅੰਦਰੋਂ। ਜਿੱਥੋਂ ਤੱਕ ਉਹਦੀ ਗਾਇਕੀ ਦੀ ਹੈ, ਉਹ ਮੈਂ ਕੀ ਕਹਿਣਾ ਵੀ ਸਾਰਾ ਜਹਾਨ ਹੀ ਮੰਨਦਾ ਕਿ ਬਹੁਤ ਪੰਜਾਬੀ ਗਾਇਕੀ ਦੇ ਵਿੱਚ ਇਤਿਹਾਸਿਕ ਤੌਰ 'ਤੇ ਬੜੀਆਂ ਗੂੜੀਆਂ ਪੈੜਾਂ ਕਰ ਗਿਆ। ਸਭ ਤੋਂ ਘਾਟਾ ਇੱਕ ਦੋਸਤੀ ਦਾ ਮੈਨੂੰ ਪਿਆ, ਬਾਕੀ ਸਾਰੇ ਪੰਜਾਬ ਨੂੰ ਪਿਆ, ਸਾਰੇ ਸ਼ਾਇਰਾਂ ਨੂੰ ਪਿਆ, ਔਰ ਖਾਸ ਕਰਕੇ ਸ਼ਮਸ਼ੇਰ ਸੰਧੂ ਜੀ ਜਿਨ੍ਹਾਂ ਦੇ ਨਾਲ ਇੱਕ ਮੁਕੰਮਲ ਜੋੜੀ ਬਣੀ ਵੀ ਸੀ। ਯਾਨੀ ਸ਼ਮਸ਼ੇਰ ਨੂੰ ਉਹਦੇ ਵਿੱਚੋਂ ਹਟਾ ਦਿੱਤਾ ਜਾਵੇ ਜਾਂ ਬਿੰਦਰਖੀ ਨੂੰ ਇਹਨਾਂ ਦੇ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਮੁਕੰਮਲ ਨਹੀਂ ਹੋ ਸਕਦਾ, ਅਧੂਰਾ ਹੈ ਉਹ। ਤਾਂ ਕੋਈ ਇੰਨੀ ਉਮਰ ਨਹੀਂ ਸੀ ਉਹਦੀ, 42 ਸਾਲ ਤਾਂ ਅਜੇ ਸੀ। ਦੂਜੀ ਗੱਲ ਅਜੇ ਪੂਰੀ ਇੰਨੀ ਉਹ ਪਰਫੋਰਮ ਦੇ ਵਿੱਚ ਸੀ, ਫੋਰਮ ਸੀ, ਚੜ੍ਹਤ ਵਿੱਚ ਇੰਨਾ ਸੀਗਾ ਕਿ ਅਜੇ ਤਾਂ ਬਹੁਤ ਕੁਨੇ ਮੰਜ਼ਲਾਂ ਤੈਅ ਕਰਨੀਆਂ ਸੀ। ਅਤੇ ਯਾਨੀ ਉਸ ਹਿਸਾਬ ਨਾਲ ਤਾਂ ਸਫ਼ਰ ਬਹੁਤ ਅਜੇ ਅਧੂਰਾ ਹੀ ਰਹਿ ਗਿਆ, ਅੱਧਾ ਸਫ਼ਰ ਹੀ ਸੀ ਅਜੇ। ਬਿੰਦਰਖੀ ਵਰਗਾ ਕਲਾਕਾਰ, ਮੈਂ ਇਮਾਨਦਾਰੀ ਨਾਲ ਕਹਿੰਦਾ, ਗੁਰੂ ਮਹਾਰਾਜ ਦੇ ਘਰ ਅਸੀਂ ਖੜ੍ਹੇ ਹਾਂ, ਉਹਦੇ ਵਰਗਾ ਕਲਾਕਾਰ ਉਸ ਵਰਗਾ ਕਲਾਕਾਰ ਦੁਬਾਰਾ ਨਹੀਂ ਆਉਣਾ। ਉਸ ਤੋਂ ਵਧੀਆ ਆ ਜਾਣਗੇ, ਉਸ ਤੋਂ ਮਾੜੇ ਆ ਜਾਣਗੇ, ਬਿੰਦਰਖੀਆ ਦੁਬਾਰਾ ਨਹੀਂ ਆਉਣਾ। ਸੁਰਜੀਤ ਦਾ ਘਾਟਾ ਜਿਹੜਾ, ਉਹਦੇ ਪਰਿਵਾਰ ਦਾ ਘਾਟਾ ਨਹੀਂ, ਪੂਰੇ ਪੰਜਾਬੀ ਜਗਤ ਦਾ ਘਾਟਾ, ਪੰਜਾਬੀਆਂ ਨੂੰ ਦੁਬਾਰਾ ਸੁਰਜੀਤ ਨਹੀਂ ਮਿਲਣਾ, ਬਸ ਇਸ ਗੱਲ ਦਾ ਦੁੱਖ ਹੈ। ਘਾਟਾ ਨਹੀਂ ਪੂਰਾ ਹੋ ਸਕਦਾ, ਇਹੋ ਜਿਹੇ ਫਨਕਾਰ ਕਦੇ ਕਦੇ ਦੁਨੀਆ 'ਤੇ ਆਉਂਦੇ ਨੇ। ਇੱਕ ਐਡੀ ਬੁਲੰਦੀ ਵਾਲੀ ਆਵਾਜ਼ ਦਾ ਮਾਲਕ ਜਦੋਂ ਚਲਾ ਜਾਂਦਾ ਤਾਂ ਉਸਦੇ ਘਾਟੇ ਪੂਰੇ ਨਹੀਂ ਹੁੰਦੇ ਸੀ, ਔਰ ਉਹਦੇ ਵਰਗਾ ਸਾਹ ਲਾਉਣਾ, ਉਹਦੇ ਵਰਗੀ ਰੇਂਜ ਦੇ ਵਿੱਚ ਜਾ ਕੇ ਆਪਣੇ ਸਾਹ ਨੂੰ ਮੁਕੰਮਲ ਰੱਖਣਾ, ਕਾਇਮ ਰੱਖਣਾ, ਇਹ ਸਿਰਫ ਸੁਰਜੀਤ ਬਿੰਦਰਖੀਆ ਦੇ। ਤੈਨੂੰ ਪਤਾ ਹੈ
ਕਿ ਤੇਰੇ ਚਾਦਰ ਕੁੜਤਾ ਫਰਲੇ ਵਾਲੀ ਪੱਗ ਆਪਾਂ ਇਕੱਠੇ ਪਰਫਾਰਮ ਕਰਦੇ ਹੁੰਦੇ ਸੀ ਰੈੱਡ ਕ੍ਰਾਸ ਦੀਆਂ ਨਾਈਟਸ ਜਿੱਥੇ ਆਪਾਂ ਇਕੱਠੇ ਬੋਲੀਆਂ ਪਾਉਂਦੇ ਹੁੰਦੇ ਸੀ ਇਕੱਠੇ ਗਾਣੇ ਗਾਉਂਦੇ ਹੁੰਦੇ ਸੀ ਤੈਨੂੰ ਕੀ ਪਤਾ ਤੈਨੂੰ ਕੀ ਅਹਿਸਾਸ ਹੈ ਕਿ ਜਦੋਂ ਅਸੀਂ ਅੰਤਮ ਵੇਲੇ ਸਾਰਿਆਂ ਨੇ ਸਾਰੇ ਕਲਾਕਾਰ ਭਰਾਵਾਂ ਨੇ ਤੈਨੂੰ ਮੋਢਾ ਦੇਖੇ ਜਦੋਂ ਤੈਨੂੰ ਅੰਤਮ ਵਧਾਈ ਦਿੱਤੀ ਸੀ ਉਹ ਪਲ ਤੂੰ ਨਹੀਂ ਜਾਣ ਸਕਦਾ ਉਹ ਸਾਡੀ ਰੂਹ 'ਤੇ ਹੰਢਾਏ ਹੋਏ ਨੇ ਅਤੇ ਹੰਢਾ ਰਹੇ ਹਾਂ ਰਹਿੰਦੀ ਜ਼ਿੰਦਗੀ ਤੱਕ ਇਸ ਉਦਾਸ ਪਲਾਂ ਨੂੰ ਹੰਢਾਉਂਦੇ ਰਹਾਂਗੇ ਚੰਡੀਗੜ੍ਹ ਦਾ ਟੈਗੋਰ ਥੀਏਟਰ ਕਿਸੇ ਵੇਲੇ ਸੱਭਿਆਚਾਰਕ ਸਰਗਰਮੀਆਂ ਦਾ ਬਹੁਤ ਵੱਡਾ ਕੇਂਦਰ ਸੀ ਕੁਛ ਨਾ ਕੁਛ ਉੱਥੇ ਹੁੰਦਾ ਹੀ ਰਹਿੰਦਾ ਸੀ ਮੈਂ ਲੁਧਿਆਣਿਓਂ ਚੰਡੀਗੜ੍ਹ ਆ ਚੁੱਕਿਆ ਸੀ ਪੰਜਾਬੀ ਟ੍ਰਿਬਿਊਨ 'ਚ ਨੌਕਰੀ ਕਰ ਲਈ ਅਤੇ ਇੱਕ ਦਿਨ ਉੱਥੇ ਕਾਲਜਾਂ ਦੀਆਂ ਭੰਗੜਾ ਟੀਮਾਂ ਆਈਆਂ ਹੋਈਆਂ ਸੀ ਉਹਨਾਂ 'ਚੋਂ ਇੱਕ ਟੀਮ ਦੇ ਨਾਲ ਸੁਰਜੀਤ ਬਿੰਦਰਖੀਆ ਬੋਲੀਆਂ ਪਾਉਣ ਵਾਸਤੇ ਆਇਆ ਹੋਇਆ ਸੀ ਮੈਂ ਜਦੋਂ ਉਹਦੀ ਆਵਾਜ਼ ਸੁਣੀ ਤਾਂ ਮੈਨੂੰ ਲੱਗਿਆ ਕਿ ਮੇਰੇ ਗੀਤਾਂ ਲਈ ਇਹ ਆਵਾਜ਼ ਸਭ ਤੋਂ ਜ਼ਿਆਦਾ ਫਿੱਟ ਬੈਠਦੀ ਹੈ ਸੋ ਮੈਂ ਉਸਨੂੰ ਪ੍ਰੋਗਰਾਮ ਤੋਂ ਬਾਅਦ ਮਿਲਿਆ ਅਤੇ ਇੱਕ ਦਿਲਚਸਪ ਗੱਲ ਇਹ ਵੀ ਹੋਈ ਕਿ ਉਹ ਵੀ ਮੈਨੂੰ ਮਿਲਣ ਲਈ ਤਤਪਰ ਸੀ ਕਿਉਂਕਿ ਮੈਂ ਲੁਧਿਆਣੇ ਦੇ ਗਾਇਕਾਂ ਦੇ ਬਾਰੇ ਕਾਫੀ ਸਾਰੇ ਲੇਖ ਵਗੈਰਾ ਲਿਖ ਚੁੱਕਾ ਸੀ ਰੇਖਾ ਚਿੱਤਰ ਲਿਖ ਚੁੱਕਾ ਸੀ ਸੋ ਸਾਡੀ ਪਹਿਲੀ ਮੁਲਾਕਾਤ ਛੋਟੀ ਜਿਹੀ ਮੁਲਾਕਾਤ ਹੀ ਗੂੜੀ ਮੁਲਾਕਾਤ ਹੋ ਗਈ ਅਤੇ ਫਿਰ ਸਾਡਾ ਇੰਨਾ ਮੇਲ ਜੋਲ ਹੋ ਗਿਆ ਜੋ ਚੱਲ ਸੋ ਚੱਲ ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਕਿ ਪੰਜਾਬੀ ਗੀਤ ਸੰਗੀਤ ਦੇ ਖੇਤਰ ਦੇ ਵਿੱਚ ਟੀਮਾਂ ਬਣਦੀਆਂ ਤਾਂ ਹੈ ਕਿਸੇ ਦੀ ਇੱਕ ਸਾਲ ਨਿਭਦੀ ਹੈ ਕਿਸੇ ਦੀ ਦੋ ਸਾਲ ਕਿਸੇ ਦੀ ਚਾਰ ਸਾਲ ਕਿਸੇ ਦੀ ਦਸ ਸਾਲ ਸੁਰਜੀਤ ਬਿੰਦਰਖੀਆ ਦੀ ਅਤੇ ਮੇਰੀ ਜੋੜੀ ਆਖਰੀ ਸਾਹਾਂ ਤੱਕ ਨਿਭੀ ਇੱਕ ਦੋ ਕੈਸਟਾਂ ਨਹੀਂ ਦਸ ਨਹੀਂ ਪੰਦਰਾਂ ਨਹੀਂ ਵੀਹ ਨਹੀਂ 32 ਕੈਸਟਾਂ ਅਸੀਂ ਸਾਂਝੇ ਤੌਰ 'ਤੇ ਕੀਤੀਆਂ ਸਾਡੀ ਜੋੜੀ ਦੇ ਵਿੱਚ ਸਾਡੀ ਟੀਮ ਦੇ ਵਿੱਚ ਤੀਸਰਾ ਹਸਤਾਖਰ ਸੰਗੀਤਕਾਰ ਅਤੁਲ ਸ਼ਰਮਾ ਐਕਚੁਅਲੀ ਲੋਕ ਇਹ ਤਿਕੜੀ ਕਹਿੰਦੇ ਆ ਮੈਨੂੰ ਇਹ ਚੌਕੜੀ ਕਿੰਨਾ ਕਿਉਂਕਿ ਇਹ ਜੇ ਇਸ ਨਾ ਤਿਕੜੀ ਨਾਲ ਇੱਕ ਰੱਬ ਹੋਰ ਨਾ ਹੁੰਦਾ ਅਤੇ ਇਹ ਫਿਰ ਤਿਕੜੀ ਵੀ ਨਹੀਂ ਹੋਣੀ ਸੀ ਅਤੇ ਇਹ ਸਾਰੀ ਜੇ ਨਾ ਉਹਦੀ ਹੀ ਕਿਰਪਾ ਸੀਗੀ ਕਿ ਅਸੀਂ ਤਾਂ ਓਨਲੀ ਐਫਰਟ ਕਰਦੇ ਸੀ ਹੈ ਨਾ ਅਤੇ ਹਰ ਐਲਬਮ ਹਿੱਟ ਫਲੋਪ ਹੋਣਾ ਈਸ਼ਵਰ ਦੇ ਹੱਥ 'ਚ ਹੁੰਦਾ ਸ਼ਿਸ਼ ਦਾ ਇੱਕ ਗੁਣ ਹੁੰਦਾ ਬਸ ਕਿ ਉਹ ਗੁਰੂ ਦੀ ਆਗਿਆ ਦਾ ਪਾਲਣ ਕਰੇ ਅਤੇ ਉਹ ਉਹਨੇ ਕੀਤਾ ਕਿਉਂਕਿ ਉਹ ਇੱਕ ਨੈਚੁਰਲ ਆਰਟਿਸਟ ਸੀਗਾ ਟ੍ਰੇਨਡ ਸਿੰਗਰ ਨਹੀਂ ਸੀਗਾ ਪਰ ਉਹਦੇ ਉੱਤੇ ਈਸ਼ਵਰ ਦੀ ਇੰਨੀ ਕਿਰਪਾ ਸੀ ਐਜ਼ ਐਨ ਆਰਟਿਸਟ ਕਿ ਉਹ ਬਹੁਤ ਥਕਾਉਂਦਾ ਸੀ ਅਤੇ ਉਹਨੂੰ ਮੈਂ ਜੋ ਕੁਛ ਵੀ ਕਿਹਾ ਕਿ ਯਾਰ ਇਹ ਨਹੀਂ ਕਰਨਾ ਇੱਦਾਂ ਗਾਣਾ ਇਹ ਜਿੱਦਾਂ ਉਹ ਸਾਰੀਆਂ ਹੀ ਟਰਾਈ ਟੂ ਇਨਕੋਰਪੋਰੇਟ ਐਵਰੀਥਿੰਗ ਇਨ ਹਿਸ ਪਰਸਨੈਲਿਟੀ ਆਲਸੋ ਔਰ ਅਤੇ ਇਨ ਹਿਸ ਸਿੰਗਿੰਗ ਆਲਸੋ